ਬਾਰਵਾਂ ਸਤਿਕਾਰਯੋਗ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਉਸ ਮਰਦ ਅਗੰਬੜੇ ਬਹਿ ਪ੍ਰਗਟਿਓ, ਮਰਦ ਅਗੰਬੜਾ ਬਰੇ ਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਲਗੀ ਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਉੱਪਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜਿੱਥੇ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ, ਆਓ ਉਸ ਕਲਗੀ ਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਖੁਸ਼ੀ ਲੈਣ ਵਾਸਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਨੂੰ ਯਾਦ ਕਰਦੇ ਹੋਏ ਨਮਸਕਾਰ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦਾਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਹੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਅਤੇ ਦਮਦਮੀ ਟਕਸਾਲ ਦੇ 13ਵੇਂ ਮੁਖੀ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ, ਜਿਨ੍ਹਾਂ ਦੇ ਕੋਲੋਂ ਤੁਸੀਂ ਕਲਗੀ ਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਨ ਤੋਂ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਪੰਥ ਖਾਲਸੇ ਦੀ ਸਿਰਜਣਾ ਅਤੇ ਜੋ ਸਿੱਖਾਂ ਦਾ ਇਤਿਹਾਸ ਕਿ ਸਾਡੇ ਕੋਲ ਜਿੱਥੇ ਉਹਨੀ ਅਰਦਾਸ ਦੀ ਗੱਲ ਕੀਤੀ, ਦਾਸ ਨੇ ਕੋਈ ਸਮਾਂ ਬਹੁਤਾ ਨਹੀਂ ਲੈਣਾ, 2-4 ਮਿੰਟ ਵਿੱਚ ਸਾਰੀ ਸਮਾਪਤੀ ਕਰ ਦੇਣੀ ਹੈ। ਉਹਨਾਂ ਨੇ ਉੱਥੇ ਅਰਦਾਸ ਬਾਰੇ ਵੀ ਸਿੰਘ ਸਾਹਿਬ ਨੇ ਸੰਗਤਾਂ ਨੂੰ ਬੇਨਤੀ ਕੀਤੀ। ਸਾਧ ਸੰਗਤ ਜੀ, ਕਲਗੀ ਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਵੇਲੇ ਪੰਥ ਦੀ ਸਿਰਜਣਾ ਕੀਤੀ, ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕੀਤੀ, ਦੋਏ ਕਰ ਜੋਰ ਕਰੋ ਅਰਦਾਸ, ਤੁਦ ਭਾਵੇ ਤਾਂ ਆਣੇ ਰਾਸ। ਉਹ ਅਰਦਾਸ ਜਿਹੜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਦੀ ਗੱਲ ਨੂੰ ਲੈ ਕੇ, ਜਿੱਥੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇਹ ਸਾਰਾ ਇਤਿਹਾਸ ਤੁਸੀਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ, ਜੋ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਹਨ, ਉਹਨਾਂ ਦੀ ਰਸਣਾ ਤੋਂ ਸਰਵਣ ਕੀਤਾ ਅਤੇ ਕਲਗੀ ਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਰਦਾਸ ਕੀਤੀ, ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਅਰਦਾਸ ਕਰਕੇ ਕਿਹਾ ਕਿ ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਅੰਤਰ ਜਾਮੇ, ਮੈਂ ਤੇਰੇ ਚਰਨਾਂ 'ਚ ਅਰਦਾਸ ਕਰਦਾ ਅਤੇ ਅਰਦਾਸ ਕਰਦਾ ਕਿ ਇਹ ਜਿਹੜੇ ਖਾਲਸੇ ਦੀ ਮੈਂ ਸਿਰਜਣਾ ਕਰਨ ਲੱਗਾ, ਇਹ ਖਾਲਸਾ ਵੀ ਵਾਹਿਗੁਰੂ ਦਾ ਅਤੇ ਫਤਿਹ ਵੀ ਵਾਹਿਗੁਰੂ ਦੀ। ਉਹੀ ਅਰਦਾਸ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਕੀਤੀ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਤੇਰੀ ਪਵਿੱਤਰਤਾ ਵਾਸਤੇ ਸੱਚਖੰਡ ਹਰਿਮੰਦਰ ਸਾਹਿਬ ਨੂੰ ਯਾਦ ਕਰਵਾਉਣ ਵਾਸਤੇ ਤੁਰਿਆ ਅਤੇ ਅਰਦਾਸ ਕੀਤੀ ਅਤੇ ਨਾਲ ਕਿਹਾ ਕਿ ਗੁਰੂ ਜੀ ਕਿਰਪਾ ਕਰਿਓ, ਮੈਂ ਆਪਣਾ ਸੀਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦੇ ਚਰਨਾਂ 'ਤੇ ਨਿਸ਼ਾਵਰ ਕਰਦਿਆਂ। ਸਾਧ ਸੰਗਤ ਜੀ, ਸਿੰਘ ਸਾਹਿਬ ਨੇ ਕਿਹਾ ਜੋ ਗੁਰੂ ਨਾਨਕ ਸਾਹਿਬ ਦੇ ਅੱਜ ਸੰਸਾਰ ਦਾ ਕੋਈ ਵਿਦਵਾਨ ਹੋਵੇ,
कोई फिलोसफर होवे, कोई प्रोफेसर होवे, साध संग जी जौ तो प्रेम खेलन का चाओ, सिर तर तली गली मेरी आओ। इस पंक्ति दे अर्थ कर लेने साध संग जी, किसी दे बस की गल नहीं। पंजवें पातशाह शहीदां दे सरताज गुरु अर्जन देव साहब जी ने एक ओंकार तो लैके 18-10-20 तक जिन्नी बाणी लिखी, साध संग जी सब का प्रैक्टिकल अर्थ करके दिखा लिया। इस पंक्ति दे अर्थ साध संग जी पंजवें पातशाह ने 33 तवी ते बह के तेरा किया मीठा लागै, फिर बाबा दीप सिंह ने अमृतसर दियां गलियां दे विच खब्बे हाथ ते अपना शीस रख के ते सज्जे हाथ दे नाल 18 सेर दा खंडा लैके लकीर खिच दित्ती ते साध संग जी हरिमंदर साहब पहुँच के नमस्कार करके गुरु रामदास साहब के चरणों के विच अरदास करके अरदास पूरी की। मैं एक बेनती खीरच करके समाप्ति करनी, दमदमी टकसाल के 14वें मुखी संत बाबा जरनैल सिंह जी खालसा भिंडरां वालिया ने 1982 दे विच श्री अकाल तख्त साहब ते अरदास की कि धन सतगुरु हरगोबिंद साहब मीरी पीरी दे मालक, पंज प्याले पंज पीर छटम पीर बैठा गुर भारी, अर्जन काया पलटकै मूरत हरगोबिंद सवारी, चले पेड़ी सोडियन रूप दिखावन बारो बारी, दल भंजन गुर सूरमा बड़ जोधा बहु परवकारी, बंदी छोड़ गुरु रामदास सच्चे पातशाह मैं तेरे चरणों च दमदमी टकसाल का सेवादार होने के नाते अरदास करदा कि धर्म युद्ध मोर्चे की आरंभता कर लगा ते कृपा करी मैनू सफल करी। जे ये मोर्चा मैं अपने परिवार वास्ते अपनी शोहरत वास्ते फिर मैनू असफल करी, तो जे ये मोर्चा मैं किसान भरावां वास्ते किसानां दे जमीनां दे पानी वास्ते गुरु रामदास साहब जी तेरे सत्कार वास्ते सचखंड श्री हरिमंदर साहब अमृतसर की धरती नूं पवित्र करार देण वास्ते सचखंड श्री हरिमंदर साहब तो सिद्धा कीर्तन प्रसारण करन वास्ते सिख कौम की अणख खातर गैरत वास्ते गुरु ग्रंथ साहब जी आप दे सत्कार वास्ते लाण लगा ते मैनू सफल करी। उस मोर्चे की करके अरदास साध संगत जी जेड़ा अज किसान भरा ये दिल्ली दे सिंघू बार्डर कुंडली बार्डर दे उपर जां दिल्ली दे चार छुपेरे किसान बैठा भरावो, थवाडे वास्ते बाबा जरनैल सिंह खालसा ने अकाल तख्त साहिब ते अरदास कीती सी कि साडी कणक दा मुल साडे झोने दा मुल असी स्टेटां वाले पंजाब वाले आप बन्नांगे, असी कणक किन्ने रेट दे विच बेचणी। मैं बहुता कुछ ना कहिंदा होया इह गल कहिणी चाहुंदा, देर आए दुरुस्त आए। किसान वीरो भावें साडी अज मीटिंग केंद्र सरकार नाल चल रही आ, मैं अपना एक छोटा जिहा सुझाव पढ़िया लिखिया वाला देना चाहना कि माइया बीबिया बहुत चंगी तरह पता है जिस वेले दुध साध संगत जी माइया बीबिया रात को जमा साध संगत जी हाथ ला के देखदिया गर्म या कि ठंडा है, फिर वह मौसम देखदिया कि मौसम केड़ा है, फिर वह दही साध संगत जी सही तरीके जम जाता। अज साडा दही जमया होया है, फिर सवेर नूं मतावां देखदियां कि साडा परिवार कड्डा है, साडे परिवार दे विच किन्ने जी हन, एक एक करछी दही दी सारे परिवार नूं आजूगी, उन्ना क दही कढ के पासे रख लैंदियां। फिर साध संगत जी तत्ता ठंडा पानी लोड़ अनुसार पा के उस दही नूं रिड़किया जांदा, फिर उहदी मखणी कढ़ी जांदी है। मैं भराओ वीरो तुहानूं हथ जोड़ के किसान भरावां नूं बेनती करनी चाहुंदा, जिस कलगी धर पिता गुरु गोबिंद सिंह साहब जी का प्रकाश दिहाड़ा मना रहे हाँ, उहदे सत्कार योग पिता धन सतगुरु तेग बहादुर साहब जी के चरणों च आपां बैठे हाँ, पै काहू को देत नह नह पै मानत आना, सानू डरना नहीं चाहिदा, सानू 31 मैंबरी कमेटी नूं जां देश भर दियां कमेटियां नूं कट्ठे होके बैठ के
ਦਹੀਂ ਨੂੰ ਚੰਗੀ ਤਰ੍ਹਾਂ ਰਿੜਕਣਾ ਚਾਹੀਦਾ ਹੈ ਤੇ ਜਿੰਨੇ ਦਹੀਂ ਦੀ ਲੋੜ ਸਾਨੂੰ ਨਾ ਦਹੀਂ ਕੱਢ ਕੇ ਪਾਸੇ ਰੱਖ ਲਓ ਤੇ ਜਿਹੜੀ ਲੱਸੀ ਆ ਲੱਸੀ ਪਾਸੇ ਕਰ ਦਿਓ ਤੇ ਮੱਖਣੀ ਆਪਣੇ ਕਿਸਾਨ ਵੀਰੋ ਪੰਜਾਬ ਦੀ ਧਰਤੀ ਤੇ ਲੈ ਜਾਓ ਭਾਵੇਂ ਉਹ ਹਰਿਆਣੇ ਦੇ ਕਿਸਾਨ ਹੋਣ ਭਾਵੇਂ ਦੇਸ਼ ਦੇ ਕਿਸੇ ਕਿਸਾਨ ਹੋਣ ਇਹਦੇ ਬਾਰੇ ਸਾਧ ਸੰਗਤ ਜੀ ਕਰਨਾ ਕੀ ਪਊਗਾ ਸਿੰਘ ਸਾਹਿਬ ਜੀ ਇੱਥੋਂ ਕਹਿ ਕੇ ਗਏ ਹਨ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਗੋੜੀ ਮਹੱਲਾ ਪੰਜਵਾਂ ਸਾਧ ਸੰਗਤ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਉਹ ਬੇਨਤੀ ਕੀ ਹੈ ਖਾਵੈ ਖਰਚੈ ਰਲ ਮਿਲ ਭਾਈ ਤੋਟ ਨਾ ਆਵੈ ਵੱਧੋ ਜਾਈ ਉਹਨੂੰ ਵਧਾਉਣ ਵਾਸਤੇ ਉਹਨਾਂ ਨੇ ਬਾਣੀ ਦੀਆਂ ਪੰਕਤੀਆਂ ਵੀ ਪੜੀਆਂ ਕਿ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਖਜ਼ਾਨੇ ਦੇ ਨਾਲ ਜੁੜ ਜਾਓ ਉਹ ਖਜ਼ਾਨਾ ਕੀ ਹੈ ਇਹੋ ਧਨ ਖੁੱਟ ਨਾਨ ਖੁੱਟੈ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਅੱਜ ਮੇਰੇ ਕਿਸਾਨ ਭਰਾ ਉਹਨਾਂ ਦੇ ਮਨਾਂ ਵਿੱਚ ਇਹ ਤੋਖਲਾ ਹੈ ਕਿ ਜੇ ਮੈਂ ਆਹ ਗੱਲ ਕਰ ਦਿੱਤੀ ਕਿਤੇ ਲੋਕੀ ਮੇਰੇ ਦੁਆਲੇ ਨਾ ਹੋ ਜਾਣ ਉਹ ਸਾਧ ਸੰਗਤ ਜੀ ਕਿਸਾਨ ਵੀਰੋ ਬਾਬਾ ਜਰਨੈਲ ਸਿੰਘ ਦਾ ਇਤਿਹਾਸ ਪੜ੍ਹ ਕੇ ਦੇਖੋ ਉਹਨਾਂ ਨੇ ਸਾਧ ਸੰਗਤ ਜੀ ਉੱਥੋਂ ਜਿਹੜੀ ਗੱਲ ਕਹੀ ਆ ਉਹ ਅੱਜ ਸਾਡੇ ਕਿਸਾਨਾਂ ਵਾਸਤੇ 40 ਸਾਲ ਪਹਿਲਾਂ ਕਹਿ ਦਿੱਤਾ ਕਿ ਸਾਡੇ ਕਿਸਾਨਾਂ ਨੂੰ ਕੀ ਚਾਹੀਦਾ ਤੁਸੀਂ ਆਪਣੇ ਬਜ਼ੁਰਗਾਂ ਕੋਲੋਂ ਆਪਣੇ ਭਰਾਵਾਂ ਕੋਲੋਂ ਆਪਣੀਆਂ ਮਾਵਾਂ ਕੋਲੋਂ ਆਪਣੀਆਂ ਭੈਣਾਂ ਕੋਲੋਂ ਸਲਾਹ ਲਓ ਸਾਨੂੰ ਕੀ ਕਰਨਾ ਚਾਹੀਦਾ ਉਹ 31 ਮੈਂਬਰੀ ਕਮੇਟੀ ਵਿੱਚ ਬੈਠ ਕੇ ਦਹੀਂ ਨੂੰ ਚੰਗੀ ਤਰ੍ਹਾਂ ਰਿੜ ਕੇ ਲੱਸੀ ਪਾਸੇ ਕਰ ਦਿਓ ਫਿਰ ਆ ਕਿਸਾਨ ਭਰਾਵਾਂ ਨੂੰ ਸਾਡੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਦੇਸ਼ ਵਿਦੇਸ਼ ਦੇ ਕਿਸਾਨਾਂ ਨੂੰ ਸਮਝਾਓ ਸਾਨੂੰ ਆਹ ਫਾਇਦਾ ਹੋਏਗਾ ਤੇ ਆਹ ਨੁਕਸਾਨ ਹੋਏਗਾ ਤੇ ਜੇ ਅਸੀਂ ਸਾਧ ਸੰਗਤ ਜੀ ਦਹੀਂ ਨੂੰ ਸਮੇਂ ਸਿਰ ਜਾਗ ਨਾ ਲਾਇਆ ਤੇ ਉਹ ਦਹੀਂ ਕੱਢ ਕੇ ਜਿੰਨਾ ਸਾਨੂੰ ਲੋੜ ਆ ਉਹਨੂੰ ਪਾਸੇ ਨਾ ਰੱਖਿਆ ਸਾਡੇ ਬੱਚੇ ਵੀ ਭੁੱਖੇ ਮਰਨਗੇ ਤੇ ਸਾਡੀ ਨਰਾਦਰੀ ਵੀ ਹੋਵੇਗੀ ਆਪਾਂ ਦਹੀਂ ਜਿੰਨਾ ਲੋੜ ਆ ਉਹਨੂੰ ਕੱਢ ਲਈਏ ਤੇ ਲੱਸੀ ਪਾਸੇ ਕਰਕੇ ਫੈਂਕ ਦਈਏ ਤੇ ਮੱਖਣੀ ਕਿਸਾਨ ਭਰਾਵੋ ਆਪਣੀਆਂ ਜੇਬਾਂ 'ਚ ਪਾ ਕੇ ਆਪਣੇ ਦਿਮਾਗ ਵਿੱਚ ਪਾ ਕੇ ਉਸ ਮੱਖਣੀ ਨੂੰ ਪੰਜਾਬ ਦੀ ਧਰਤੀ 'ਤੇ ਲਿਜਾਣਾ ਇਹ ਪੰਜਾਬ ਤੋਂ ਹੀ ਕੰਮ ਸ਼ੁਰੂ ਹੋਇਆ ਮੈਂ ਅਖੀਰ ਵਿੱਚ ਹੁਣ ਬੇਨਤੀ ਕਰਕੇ ਸਮਾਪਤੀ ਕਰਨ ਲੱਗਾ ਸਾਧ ਸੰਗਤ ਜੀ ਕਿਸੇ ਵਿਦਵਾਨ ਨੇ ਲਿਖਿਆ ਖੁਦਾ ਤੁਮ ਕੋ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ ਜਿਸ ਦਮਦਮੀ ਟਕਸਾਲ ਦੀ ਮਰਯਾਦਾ ਬਾਰੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਤੁਹਾਨੂੰ ਦੱਸ ਕੇ ਗਏ ਹਨ ਕਿ ਅੱਜ 4:30 ਵਜੇ ਜਿਹੜੀ ਦਮਦਮੀ ਟਕਸਾਲ ਦੀ ਮਰਯਾਦਾ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਲਾਈ ਸੀ ਅਰਥ ਪੜ੍ਹਨ ਦੀ ਬਾਣੀ ਪੜ੍ਹਨ ਦੀ ਉਹ 4:30 ਵਜੇ ਅੱਜ ਉੱਥੇ ਜੋ KFC ਦੇ ਸਾਹਮਣੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਐਂਟਨ ਪੰਥਕ ਦਲ ਦੇ ਸਰਪ੍ਰਸਤ ਉੱਥੇ ਅੱਜ ਉਹ ਜਿਨ੍ਹਾਂ ਨੇ ਸਾਧ ਸੰਗਤ ਜੀ ਪੰਜ ਬਾਣੀਆਂ ਦਾ ਨਿਤਨੇਮ ਸਿੱਖਣਾ ਸੁਖਨੀ ਸਾਹਿਬ ਦਾ ਨਿਤਨੇਮ ਸਿੱਖਣਾ ਉਹਨਾਂ ਨੇ ਟਾਈਮ ਬੰਨ ਦਿੱਤਾ ਕਿ 11 ਵਜੇ ਤੋਂ ਲੈ ਕੇ 12:30 ਵਜੇ ਤੱਕ 1.5 ਘੰਟਾ ਸਵੇਰ ਨੂੰ ਕਲਾਸ ਲੱਗੂਗੀ ਤੇ ਸ਼ਾਮ ਨੂੰ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸਾਧ ਸੰਗਤ ਜੀ 1.5 ਘੰਟਾ ਸ਼ਾਮ ਨੂੰ ਕਲਾਸ ਲੱਗੂਗੀ ਉਸ ਕਲਾਸ ਵਿੱਚ ਕਰਨਾ ਕੀ ਹੈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਉਹ ਕਾਜ ਕਿਹੜੇ ਹਨ ਤੁਹਾਡੀਆਂ ਮੰਗਾਂ ਕਿ ਸਾਡੀਆਂ ਜਿਣਸਾਂ ਦੇ ਭਾਅ ਅਸੀਂ ਬੰਨੀਏ ਤੇ ਮਹਾਰਾਜ ਕਹਿੰਦੇ ਇੱਕ ਅੱਧੀ ਗੱਲ ਕਰਦਾ ਕਿਸਾਨਾਂ ਮਹਾਰਾਜ ਕਹਿੰਦੇ ਵਿਘਨ ਬਨਾਸਣ ਸਭ ਦੁੱਖ ਨਾਸਣ ਕਿਸ ਵੇਲੇ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਕਰਾਇਆ ਇਹ ਤਾਂ ਮੰਗਾਂ ਉਹ ਹਨ ਜਿਹਦੀਆਂ ਤੁਸੀਂ ਅਰਦਾਸਾਂ ਕਰਕੇ ਪੰਜਾਬ ਦੀ ਧਰਤੀ ਤੋਂ ਤੁਰੇ ਹਾਂ ਗੁਰੂ ਸਾਹਿਬ ਜੀ ਅੱਗੇ ਕਹਿੰਦੇ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਕਿਸਾਨ ਭਰਾਵੋ ਤੁਹਾਡੀ ਜਿੱਤ ਯਕੀਨੀ ਹੈ ਇਹ 'ਚ ਕੋਈ ਸ਼ੱਕ ਨਹੀਂ ਪਰ ਆਪਾਂ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਇਸ ਕਰਕੇ ਸਾਰੇ ਬਾਣੀ ਪੜ੍ਹੋ ਸਿਮਰਨ ਕਰੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨ
जे किसी ने बंद बंद कटाया तो बाणी पढ़न वाले ने कटाया, जे किसी ने हाथी का मुकाबला किया तो बाणी पढ़न वाले ने किया, जे बिना धरते सीस तो लड़िया तो बाणी पढ़न वाला लड़िया। तो आपां भी बाणी पढ़नी चाहिए, सतगुरु को मंगना ही यह चाहिए। मांगण मांग तो एक है, मांग ना कहो नानक, कहो नानक जाके परे पराग। साध संगत जी गुरु नानक को यही गल मंगो कि मैं क्या मांगो कछ थिर ना रहाई, हर दीजे नाम प्यारी जीओ। जिस वेले असी नाम की दात मंगांगे उस वेले थोड़िया सारिया मंगा किसाना दियां पई जीत मेरी कृपा काल केरी। बाबा जरनैल सिंह खालसा नूं असी रब नहीं मनदे, पर बाबा जरनैल सिंह खालसा की जड़ी कहनी सी, उठनी सी, बहनी सी, बाणी पानी सी, लोगों नूं संदेश दिंदे सन, वह रब वर्गा सी। खुदा तुमको नहीं कहते मगर शाने खुदा तुम हो। किसान वीरो गुरु तेग बहादुर साहब जी कृपा करन तुसी मोर्चे चो सफल हो के इस इत्थों दिल्ली तो अपने घरां विच जाओ, पर हौसला रखियो, एकता रखियो, सबर रखियो, समा अजे लगना है। वाहेगुरु जी का खालसा, वाहेगुरु जी की फतेह।